ਬੇਅਦਬੀ ਦੇ ਮੁੱਦੇ ਤੇ ਹੁਣ ਪੰਜਾਬ ਦੀ ਰਾਜਨੀਤੀ ਗਰਮਾਈ ਹੋਈ ਹੈ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਚਿਵ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਪਾਰਟੀ ਪ੍ਰਧਾਨ ਨੂੰ ਅਸਤੀਫਾ ਸੌਂਪਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਬਰਨਾਲਾ ਸ਼ਹਿਰ ਦੇ ਅੰਦਰ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਲੱਗਿਆ। ਬਰਨਾਲਾ ਤੋਂ ਸੀਨੀਅਰ ਅਕਾਲੀ ਨੇਤਾ ਅਤੇ 10 ਸਾਲ ਅਕਾਲੀ ਸਰਕਾਰ ਸਮੇਂ ਮਾਰਕੀਟ ਕਮੇਟੀ ਚੇਅਰਮੈਨ ਰਹਿ ਚੁੱਕਿਆ ਪੋਲਾ ਸਿੰਘ ਵਿਰਕ ਨੇ ਆਪ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਦੇਖੋ, ਗੱਲ ਇਹ ਆ ਕਿ ਪੋਲਾ ਸਿੰਘ ਵਿਰਕ ਹੋਣਾ ਦੇ ਨਾਲ ਸਾਡਾ ਸੰਪਰਕ ਬਣਿਆ। ਇਹਨਾਂ ਨੇ ਆਹ ਜੋ ਕੁਛ ਪਿਛਲੇ ਪੰਜਾਬ ਦੇ ਵਿੱਚ ਹੋ ਰਿਹਾ ਵਾ ਇਸ ਨੂੰ ਮਾੜਾ ਕਰਾਰ ਦਿੰਦਿਆਂ ਹੋਇਆਂ ਇਹਨਾਂ ਨੇ ਕਿਹਾ ਕਿ ਜੋ ਕੰਮ ਤੁਸੀਂ ਕਰ ਰਹੇ ਹੋ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਜਾਂ ਬੇਇਨਸਾਫੀ ਦੇ ਖਿਲਾਫ ਲੜਾਈ ਜਾਂ ਜੋ ਇੱਥੇ ਡਰੱਗਸ ਨੇ ਜਾਂ ਹੋਰ ਅਲਾਮਤਾਂ ਨੇ ਉਹਦੇ ਖਿਲਾਫ ਤੁਸੀਂ ਲੜਾਈ ਲੜ ਰਹੇ ਹੋ, ਔਰ ਖਾਸ ਤੌਰ 'ਤੇ ਜਿਹੜਾ ਹੁਣ ਤੁਸੀਂ ਰੋਸ ਮਾਰਚ ਸ਼ੁਰੂ ਕੀਤਾ, ਅਸੀਂ ਤੁਹਾਡੇ ਇਸ ਪ੍ਰੋਗਰਾਮ ਦੇ ਸਪੋਰਟਰ ਹਾਂ। ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਠੀਕ ਟਾਈਮ ਆਵੇਗਾ ਆਪਾਂ ਫੋਰਮਲ ਜੋ ਵੀ ਕਰਨਾ ਹੋਊਗਾ, ਜੁਆਇਨਿੰਗ ਕਰਨੀ ਆ, ਸਪੋਰਟ ਕਰਨੀ ਹੈ, ਕੀ ਕਰਨਾ ਆਪਾਂ ਕਰ ਲਾਂਗੇ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।